ਹਰਪ੍ਰੀਤ ਸਿੰਘ ਸ਼ੋਅ ਦੇ ਅੱਜ ਦੇ ਇਸ ਰਿਲੀਜੀਅਸ ਐਪੀਸੋਡ ਵਿੱਚ ਆਪ ਸਭ ਦਾ ਕਰਦਾ ਹਾਂ ਹਾਰਦਿਕ ਸਵਾਗਤ। ਗੁਰਗਿਆਨ ਸਮੁੰਦਰ ਸੀਰੀਜ਼, ਜਿਸ ਵਿੱਚ ਕਿ ਮੇਰਾ ਸਾਥ ਦੇ ਰਹੇ ਨੇ ਭਾਈ ਰਾਮ ਸਿੰਘ ਜੀ, ਪਿਛਲੇ ਕਈ ਮਹੀਨਿਆਂ ਤੋਂ ਤੁਹਾਡੇ ਘਰਾਂ ਵਿੱਚ ਆ ਕੇ ਹਰ ਸੈਟਰਡੇ ਨੂੰ ਸ਼ਾਮ ਨੂੰ ਭਾਈ ਸਾਹਿਬ ਗੁਰਮਤਿ ਵਿਚਾਰਾਂ ਦੀ ਸਾਂਝ ਪਾਉਂਦੇ ਨੇ, ਅਤੇ ਸਾਨੂੰ ਬੜਾ ਮਾਣ ਹੈ ਕਿ ਤੁਹਾਡੇ ਸਾਰਿਆਂ ਦੀ ਜੋ ਫੀਡਬੈਕ ਆ ਰਹੀ ਹੈ, ਤੁਹਾਡਾ ਜੋ ਸਹਿਯੋਗ ਮਿਲ ਰਿਹਾ, ਉਸ ਕਾਰਨ ਅਸੀਂ ਬਹੁਤ ਹੀ ਖੁਸ਼ ਹਾਂ ਕਿ ਤੁਹਾਨੂੰ ਇਹ ਪ੍ਰੋਗਰਾਮ ਪਸੰਦ ਆ ਰਿਹਾ। ਵੈਲ, ਪਸੰਦ ਆਉਣ ਦਾ ਮਤਲਬ ਹੈ ਕਿ ਤੁਹਾਡੇ ਵੱਲੋਂ ਜੋ ਫੀਡਬੈਕ ਆ ਰਹੀ ਹੈ, ਜਿਸ ਤਰ੍ਹਾਂ ਕਿ ਇੱਕ ਫੀਡਬੈਕ ਮੈਂ ਜ਼ਰੂਰ ਸ਼ੇਅਰ ਕਰਨਾ ਚਾਹਾਂਗਾ। ਇੱਕ ਭੈਣ ਜੀ ਦਾ ਸਾਨੂੰ ਫੋਨ ਆਇਆ ਅਤੇ ਉਹਨਾਂ ਨੇ ਮੇਰੇ ਜਦੋਂ ਗੱਲਬਾਤ ਕੀਤੀ ਅਤੇ ਦੱਸਿਆ ਕਿ ਕਿਸ ਤਰੀਕੇ ਨਾਲ ਇਹ ਪ੍ਰੋਗਰਾਮ ਉਹ ਬਹੁਤ ਹੀ ਤੀਬਰਤਾ ਨਾਲ ਉਡੀਕਦੇ ਨੇ ਹਰ ਸੈਟਰਡੇ ਨੂੰ, ਅਤੇ ਆਪਣੇ ਸਾਰੇ ਪਰਿਵਾਰ ਨੂੰ ਇਕੱਠਾ ਕਰਦੇ ਨੇ, ਅਤੇ ਉਹਨਾਂ ਨੇ ਇੱਕ ਰੂਲ ਬਣਾ ਲਿਆ ਹੈ ਕਿ ਸੈਟਰਡੇ ਵਾਲੇ ਦਿਨ 8 ਤੋਂ ਲੈ ਕੇ 9 ਵਜੇ ਤੱਕ ਘਰ ਦੇ ਵਿੱਚ ਜ਼ਰੂਰ ਰਹਿਣਾ ਅਤੇ ਇਹ ਪ੍ਰੋਗਰਾਮ ਨੂੰ ਦੇਖਣਾ ਹੈ। ਸੋ ਧੰਨਵਾਦ ਆ ਭੈਣ ਜੀ ਤੁਹਾਡੇ ਕਿ ਤੁਸੀਂ ਇਸ ਪ੍ਰੋਗਰਾਮ ਨੂੰ ਪਸੰਦ ਕਰ ਰਹੇ ਹੋ, ਅਤੇ ਜੋ ਕੁਝ ਗੁਰਮਤ ਦੇ ਵਿਚਾਰਾਂ ਹੋ ਰਹੀਆਂ ਨੇ ਉਸ ਦੇ ਉੱਤੇ ਤੁਸੀਂ ਕੋਸ਼ਿਸ਼ ਕਰਿਓ ਕਿ ਪਰਿਵਾਰ ਇਕੱਠਾ ਹੋਵੇ, ਕਿਉਂਕਿ ਅੱਜ ਸਾਡੀ ਸਮੱਸਿਆ ਹੀ ਸਭ ਤੋਂ ਵੱਡੀ ਇਹ ਬਣੀ ਪਈ ਹੈ ਕਿ ਅਸੀਂ ਵੱਖਰੇ ਹੋ ਚੁੱਕੇ ਹਾਂ। ਬੱਚਿਆਂ ਦੀ ਇੱਕ ਵੱਖਰੀ ਸੋਚ ਹੈ, ਮੱਧ ਵਰਗ ਦੇ ਲੋਕਾਂ ਦੀ ਵੱਖਰੀ ਸੋਚ ਹੈ, ਅਤੇ ਬਜ਼ੁਰਗਾਂ ਦੀ ਵੱਖਰੀ ਸੋਚ ਹੈ। ਭਾਈ ਸਾਹਿਬ ਲੇਮਨ ਲੈਂਗੁਏਜ ਵਿੱਚ ਜਦੋਂ ਗੱਲਬਾਤ ਕਰਦੇ ਨੇ, ਗੁਰਬਾਣੀ ਦੇ ਇਗਜ਼ੈਂਪਲਸ ਲੈ ਕੇ ਨਾਲ ਜੋੜਦੇ ਨੇ, ਤਾਂ ਉਹ ਯਕੀਨਨ ਤੌਰ 'ਤੇ ਹਰ ਇੱਕ ਵਰਗ ਨੂੰ ਇਹ ਟੱਚ ਕਰਦੇ ਨੇ। ਸੋ ਧੰਨਵਾਦੀ ਹਾਂ ਭਾਈ ਰਾਮ ਸਿੰਘ ਜੀ ਦੇ ਕਿ ਇਹ ਬਹੁਤ ਹੀ ਸੁਚੱਜੇ ਢੰਗ ਨਾਲ ਸਾਡੇ ਕੋਲ ਇੱਥੇ ਆ ਕੇ ਇਹ ਪ੍ਰੋਗਰਾਮ ਵਿੱਚ ਸ਼ਾਮਲ ਹੋ ਰਹੇ ਨੇ। ਚਾਰ ਪੌੜੀਆਂ ਜੋ ਹਨ ਜਪਜੀ ਸਾਹਿਬ ਦੀਆਂ ਅਸੀਂ ਕਵਰ ਕਰ ਚੁੱਕੇ ਹਾਂ, ਅਤੇ ਅੱਜ ਪੰਜਵੀਂ ਪੌੜੀ ਜੋ ਜਪਜੀ ਸਾਹਿਬ ਵਿੱਚ ਕੀ ਉਪਦੇਸ਼ ਕਰਦੀ ਹੈ, ਉਸ ਬਾਰੇ ਜਾਣਕਾਰੀ ਲਾਂਗੇ। ਸੋ ਸਵਾਗਤ ਕਰਦੇ ਹਾਂ ਭਾਈ ਰਾਮ ਸਿੰਘ ਜੀ ਦਾ। ਭਾਈ ਸਾਹਿਬ ਜੀ, ਜੈ ਹਿੰਦ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸੋ ਬਹੁਤ ਬਹੁਤ ਮੁਬਾਰਕਬਾਦ ਜੀ, ਜੋ ਫੀਡਬੈਕ ਆ ਰਹੀ ਹੈ ਬਹੁਤ ਹੀ ਖੁਸ਼ੀ ਦੀ ਗੱਲ ਹੈ, ਕਿਉਂਕਿ ਇਹ ਪਹਿਲੀ ਵਾਰ ਹੋ ਰਿਹਾ। ਮੈਂ ਇਸ 'ਤੇ ਸ਼ਾਇਦ ਸਮਝਾਂਗਾ ਕਿ ਟੈਲੀਵਿਜ਼ਨ ਦੇ ਇਤਿਹਾਸ ਵਿੱਚ, ਸਿੱਖ ਇਤਿਹਾਸ ਵਿੱਚ, ਕਿ ਅਸੀਂ ਗੁਰਬਾਣੀ ਨੂੰ ਜੋ ਹੈ ਉਸਦੀ ਵਿਆਖਿਆ ਬਹੁਤ ਸਰਲ ਤਰੀਕੇ ਨਾਲ, ਬੜੀ ਸੁਚੱਜੇ, ਹੌਲੀ ਹੌਲੀ ਅਸੀਂ ਕਰ ਰਹੇ ਹਾਂ। ਸਾਨੂੰ ਕੋਈ ਕਾਲ ਨਹੀਂ ਹੈਗੀ ਕਿ ਅਸੀਂ ਇੰਨੇ ਐਪੀਸੋਡ ਵਿੱਚ ਖਤਮ ਕਰਨਾ ਹੈ। ਗੁਰੂ ਵੱਲੋਂ ਜੋ ਸੋਚ ਹੈਗੀ, ਕਿਉਂਕਿ ਅਸੀਂ ਕਦੀ ਪਹਿਲਾਂ ਤਿਆਰੀ ਨਹੀਂ ਕਰਦੇ, ਇਹ ਵੀ ਦਰਸ਼ਕਾਂ ਨੂੰ ਜ਼ਰੂਰ ਦੱਸ ਦੇਵਾਂ ਕਿ ਅਸੀਂ ਕਦੀ ਪਹਿਲਾਂ ਪ੍ਰੋਗਰਾਮ ਦੀ ਤਿਆਰੀ ਨਹੀਂ ਕਰਦੇ। ਸੋ ਜੋ ਤੁਸੀਂ ਉਸ ਸਮੇਂ ਦੇ ਮੁਤਾਬਿਕ ਜੋ ਕੋਈ ਸਵਾਲ ਹੁੰਦੇ ਨੇ ਉਸਦਾ ਤੁਸੀਂ ਜਵਾਬ ਦਿੰਦੇ ਹੋ, ਅਤੇ ਆਫਕੋਰਸ ਨਾਲ ਪਹਿਲਾਂ ਤਿਆਰੀ ਕਰਕੇ ਆਉਂਦੇ ਹੋ। ਸੋ ਤੁਹਾਡਾ ਧੰਨਵਾਦ, ਅਤੇ ਜੀ ਆਇਆਂ ਨੂੰ ਸ਼ੁਰੂਆਤ ਕਰਦੇ ਹਾਂ ਪੰਜਵੀਂ ਪੌੜੀ ਤੋਂ ਜੀ। ਹਾਂਜੀ ਵੀਰ ਜੀ, ਤੁਹਾਡਾ ਵੀ ਬਹੁਤ ਬਹੁਤ ਧੰਨਵਾਦ। ਮੈਂ ਦਰਸ਼ਕਾਂ ਨੂੰ ਮੁਬਾਰਕਬਾਦ ਦੇਣੀ ਚਾਹਾਂਗਾ, ਕਿਉਂਕਿ ਉਹਨਾਂ ਦੇ ਹੌਸਲੇ ਸਦਕਾ ਜੀ ਆਪਾਂ ਨੂੰ ਲੱਗ ਰਿਹਾ ਕਿ ਜਿਸ ਤਰ੍ਹਾਂ ਦੀ ਫੀਡਬੈਕ ਆ ਰਹੀ ਹੈ, ਵਾਕਈ ਇਸ ਦੀ ਭੁੱਖ ਸੀ ਸੰਗਤ ਦੇ ਅੰਦਰ। ਇੱਕ ਫੀਡਬੈਕ ਮੇਰੇ ਕੋਲ ਵੀ ਆਈ ਜੀ। ਇੱਕ ਪਰਿਵਾਰ ਨੂੰ ਜਾਣਾ ਪੈ ਗਿਆ, ਜਾਣਾ ਪਿਆ, ਫੈਮਿਲੀ ਫੰਕਸ਼ਨ ਸੀ ਅਤੇ ਉਹਨਾਂ ਦਾ ਸੈਟਰਡੇ ਦਾ ਪ੍ਰੋਗਰਾਮ ਮਿਸ ਹੋ ਗਿਆ। ਓਕੇ। ਅਤੇ ਉਹ ਭੈਣ ਜੀ ਆ ਕੇ ਕਹਿੰਦੇ ਨੇ, ਕਹਿੰਦੇ ਸਾਨੂੰ ਨਹੀਂ ਪਤਾ, ਜਾਂ ਤਾਂ ਇੱਥੇ ਰਿਕਾਰਡਿੰਗ ਸਿਸਟਮ ਲਾਓ, ਠੀਕ ਹੈ, ਅਤੇ ਜਾਂ ਫਿਰ ਜਿਹਨੇ ਫੈਮਿਲੀ ਫੰਕਸ਼ਨ ਆਉਂਦੇ ਨੇ ਉਹਨਾਂ ਨੂੰ ਕਹੋ ਵੀ ਅਸੀਂ ਨਹੀਂ ਆ ਸਕਦੇ, ਕਿਉਂਕਿ ਅਸੀਂ ਇਹ ਪ੍ਰੋਗਰਾਮ ਮਿਸ ਨਹੀਂ ਕਰਨਾ। ਸ਼ੁਕਰ ਸਤਿਗੁਰ ਸੱਚੇ ਪਾਤਸ਼ਾਹ ਜੀ ਦਾ। ਅੱਜ ਜ਼ਰੂਰਤ ਹੈ ਕਿ ਅਸੀਂ ਕਹਿੰਦੇ ਟੂ ਵੇ ਟਾਕ ਹੋਣਾ ਚਾਹੀਦਾ ਹੈ, ਬਿਲਕੁਲ, ਜਾਂ ਡਿਸਕਸ਼ਨ ਹੋਣੀ ਚਾਹੀਦੀ ਹੈ। ਤਾਂ ਬਹੁਤ ਸਾਰੀ ਫੀਡਬੈਕ ਇਹ ਵੀ ਆਈ ਕਿ ਸਾਨੂੰ ਬਹੁਤ ਚੰਗਾ ਲੱਗਦਾ ਹੈ ਕਿ ਜਦੋਂ ਕੋਈ ਲੈਕਚਰ ਦੇ ਰਿਹਾ ਹੁੰਦਾ ਤਾਂ ਉਹ ਇੱਕ ਤਰ੍ਹਾਂ ਦਾ ਇੱਕ ਤਰਫਾ ਆ ਰਿਹਾ ਹੁੰਦਾ ਹੈ, ਇਹਦੇ 'ਚ ਉਹ ਕਹਿੰਦੇ ਵੀ ਆਪਣੇ ਆਪ ਸਵਾਲਾਂ ਦੇ ਜਵਾਬ ਵੀ ਮਿਲਦੇ। ਇੱਕ ਹੋਰ ਬੜੀ ਫੀਡਬੈਕ ਵੀ ਦੀ ਯਾਦ ਆਈ, ਉਹ ਕਹਿੰਦੇ ਕਿ ਭਾਈ ਸਾਹਿਬ ਜੀ, ਅਸੀਂ ਨਾ ਕੁਛ ਜਦੋਂ ਐਪੀਸੋਡ ਦੇਖਦੇ ਸਵਾਲ ਚੇਤੇ ਆ ਜਾਂਦਾ, ਕਹਿੰਦੇ ਅਸੀਂ ਸਵਾਲ ਲਿਖ ਲੈਂਦੇ ਹਾਂ ਵੀ ਆਪਾਂ ਉਹਦਾ ਸਵਾਲ ਦਾ ਜਵਾਬ ਲਵਾਂਗੇ। ਕਹਿੰਦੇ ਜਦੋਂ ਅਗਲਾ ਐਪੀਸੋਡ ਅਸੀਂ ਸੁਣਦੇ ਹਾਂ ਤੇ ਉਹ ਸਵਾਲਾਂ ਦੇ ਜਵਾਬ ਆਪਣੇ ਆਪ ਹੀ ਕਵਰ ਹੋ ਰਹੇ ਨੇ। ਰਾਈਟ, ਵੈਸੇ ਹੈ ਵੀ ਬਿਲਕੁਲ ਜੀ, ਕਿਉਂਕਿ ਕਈ ਵਾਰ ਦਰਸ਼ਕਾਂ ਨੂੰ ਜ਼ਰੂਰ ਦੱਸਣਾ ਚਾਹਾਂਗੇ ਕਿ ਜਿਹੜੀ ਉਹਨਾਂ ਵੱਲੋਂ ਫੀਡਬੈਕ ਆਉਂਦੀ ਹੈ ਜਦੋਂ ਈਮੇਲਸ ਰਾਹੀਂ ਜਾਂ ਫੋਨ ਰਾਹੀਂ, ਤਾਂ ਅਸੀਂ ਕੋਸ਼ਿਸ਼ ਕਰਨੇ ਕਿ ਤੁਹਾਡੇ ਤੋਂ ਉਸਦਾ ਜਵਾਬ ਜ਼ਰੂਰ ਲੈ ਲਿਆ, ਕਵਰ ਕੀਤਾ ਜਾਵੇ। ਹਾਂਜੀ, ਸ਼ੁਕਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ। ਅੱਜ ਆਪਾਂ ਪੰਜਵੀਂ ਪੌੜੀ ਦੀ ਵਿਚਾਰ ਕਰ ਰਹੇ ਹਾਂ ਜੀ। ਹੁਣ ਥੋੜ੍ਹਾ ਜਿਹਾ ਪਿੱਛੇ ਤੋਂ ਸਟਰਕਚਰ ਦੇਖੋ। ਸਭ ਤੋਂ ਪਹਿਲਾਂ ਵਾਹਿਗੁਰੂ ਸੱਚੇ ਪਾਤਸ਼ਾਹ ਬਾਰੇ ਮੂਲ ਮੰਤਰ ਵਿੱਚ ਰੱਖ ਦਿੱਤਾ, ਠੀਕ। ਉਸ ਤੋਂ ਬਾਅਦ ਮਨ ਦੀਆਂ ਕਮਜ਼ੋਰੀਆਂ ਰੱਖ ਦਿੱਤੀਆਂ, ਫਿਰ ਰੱਬ ਦੇ ਹੁਕਮ ਨੂੰ ਰੱਖ ਦਿੱਤਾ ਜੀ, ਫਿਰ ਸਾਡੇ ਇੰਟਰਨਲ ਲਾਈਫ ਫੀਲਿੰਗ ਨੂੰ ਰੱਬ ਨਾਲ ਜੋੜਨ ਵਾਸਤੇ ਇੱਕ ਛੋਟਾ ਜਿਹਾ ਤਰੀਕਾ ਦੱਸ ਦਿੱਤਾ। ਹੁਣ ਇੱਥੋਂ ਇਸ ਸਬਜੈਕਟ ਨੂੰ ਇੱਕ ਨਵਾਂ ਮੋੜ ਦਿੱਤਾ ਜਾ ਰਿਹਾ ਕਿ ਜਿਉਣਾ ਵਾਹਿਗੁਰੂ ਜੀ ਦੇ ਪਿਆਰ ਵਿੱਚ। ਜੇ ਮਨ ਪਿਆਰ ਵਿੱਚ ਭਿੱਜੇਗਾ ਨਾ, ਫਿਰ ਆਟੋਮੈਟਿਕਲੀ ਯਾਦ ਬਣੇਗੀ ਜੀ। ਜਦੋਂ ਆਪਾਂ ਕਹਿੰਦੇ ਨਾ ਨਾਮ ਸਿਮਰਨ, ਸਿਮਰਨ ਦੇ ਅਰਥ ਹੈ ਯਾਦ। ਯਾਦ ਕਿਵੇਂ ਬਣੇ? ਇਹ ਕੋਈ ਫਿਜ਼ੀਕਲੀ ਫੋਰਮ ਦੇ ਵਿੱਚ ਮੈਥਡ ਨਹੀਂ ਹੈ, ਸੌਖਾ ਜਿਹਾ ਤਰੀਕਾ। ਮਨ ਜਿਸ ਪਿਆਰ ਵਿੱਚ ਭਿੱਜਦਾ ਹੈ ਉਹਦੀ ਆਟੋਮੈਟਿਕਲੀ ਯਾਦ ਅੰਦਰ ਬਣਦੀ ਰਹਿੰਦੀ ਹੈ, ਬਿਲਕੁਲ। ਤਾਂ ਹੁਣ ਇਸ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਸਾਨੂੰ ਸਾਡੇ ਮਨ ਨੂੰ ਪਿਆਰ ਦਾ ਟਰੈਕ ਦੇ ਰਹੇ ਨੇ
ਕਿ ਮਨ ਵਿੱਚ ਮਹਿਸੂਸ ਕਰ ਵਾਹਿਗੁਰੂ ਸੱਚੇ ਪਾਤਸ਼ਾਹ ਕੈਸੇ ਨੇ, ਥਾਪਿਆ ਨਾ ਜਾਏ ਕੀਤਾ ਨਾ ਹੋਵੇ, ਉਹਨੂੰ ਅਸਟੈਬਲਿਸ਼ ਨਹੀਂ ਕੀਤਾ ਜਾ ਸਕਦਾ ਰੱਬ ਇੱਥੇ ਹੈ ਇੱਥੇ ਨਹੀਂ ਹੈ। ਸਾਡੇ ਕੋਲ ਧਾਰਮਿਕ ਸਿਧਾਂਤਾਂ ਨੂੰ ਸਿੱਖਣ ਵਾਸਤੇ ਧਾਰਮਿਕ ਅਸਥਾਨ ਨੇ ਜੀ, ਇਹ ਨਹੀਂ ਹੈ ਕਿ ਰੱਬ ਕੇਵਲ ਧਾਰਮਿਕ ਸਥਾਨਾਂ 'ਚ ਹੈ, ਹੈ ਨਾ ਜੀ। ਉਹ ਕਿਸੇ ਇੱਕ ਥਾਂ 'ਤੇ ਨਿਸ਼ਚਿਤ ਨਹੀਂ ਕੀਤਾ ਜਾ ਸਕਦਾ ਕਿਉਂਕਿ ਉਹਨੂੰ ਕਿਸੇ ਨੇ ਪੈਦਾ ਨਹੀਂ ਕੀਤਾ। ਠੀਕ, ਹਮੇਸ਼ਾ ਹੀ ਕ੍ਰੀਏਸ਼ਨ ਜਿਹੜੀ ਹੈ ਉਹ ਅਸਟੈਬਲਿਸ਼ ਹੋ ਸਕਦੀ ਹੈ, ਰਾਈਟ। ਉਹ ਕ੍ਰੀਏਟਰ ਹੈ ਅਤੇ ਉਹ ਹਰ ਥਾਂ 'ਤੇ ਹੈ। ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ। ਇਸ ਵਿੱਚ ਜਿਹੜਾ ਨਿਰੰਜਨ ਸ਼ਬਦ ਹੈ ਨਾ, ਇਹ ਪਿਆਰ ਨਾਲ ਸੰਬੰਧ ਬੜਾ ਕਮਾਲ ਦਾ ਕੰਸੈਪਟ ਹੈ। ਅੰਜਨ ਹੁੰਦਾ ਹੈ ਕਾਲਖ, ਮੈਲਾਪਨ ਜੀ, ਉਹ ਮੈਲੇਪਨ ਤੋਂ ਉੱਪਰ ਹੈ। ਇਸ ਵਿੱਚ ਦੋ ਤਿੰਨ ਕੰਸੈਪਟ ਮਿਕਸ ਕਰ ਦਿੱਤੇ ਗਏ ਸਤਿਗੁਰ ਸੱਚੇ ਪਾਤਸ਼ਾਹ ਨੇ ਬੜੇ ਕਮਾਲ ਦੇ। ਜੇ ਸਾਡੇ ਅੰਦਰ ਕਿਸੇ ਵੀ ਵਿਕਾਰ ਦਾ ਵਿਚਾਰ ਜਾਂ ਸੋਚ ਹੈ ਤਾਂ ਉਹ ਮੈਲਾ ਹੈ, ਅਤੇ ਅੰਦਰ ਮੈਲ ਹੈ ਤਾਂ ਮੈਲ ਹੈ ਤਾਂ ਉਸ ਪਿਆਰ ਵਿੱਚ ਨਹੀਂ ਭਿੱਜ ਸਕੇਗਾ ਤੂੰ ਜੀ, ਕਿਉਂਕਿ ਉਹ ਨਿਰੰਜਨ ਹੈ। ਹੁਣ ਦੇਖੋ ਇੱਕ ਨਿਸ਼ਾਨਾ ਇਸ਼ਾਰਾ ਦੇ ਦਿੱਤਾ ਕਿ ਜਿੰਨਾ ਨਿਮਰਤਾ ਵਿੱਚ ਜਿਉਏਗਾ, ਸਹਿਨਸ਼ੀਲਤਾ ਵਿੱਚ ਜਿਉਏਗਾ, ਸੱਚੇ ਪਿਆਰ ਵਿੱਚ ਜਿਉਏਗਾ, ਗੁਣਾਂ ਵਿੱਚ ਜਿਉਵੇਗਾ, ਉਤਨਾ ਉਸ ਨਾਲ ਪਿਆਰ ਬਣੇਗਾ ਕਿਉਂਕਿ ਉਹ ਨਿਰੰਜਨ ਹੈ ਜੀ, ਇਹਨਾਂ ਵਿਕਾਰਾਂ ਤੋਂ ਰਹਿਤ ਹੈ। ਦੂਸਰਾ, ਅਸੀਂ ਆਪਣੇ ਘਰ ਵਿੱਚ ਆਪਸੀ ਵਿਚਾਰਾਂ ਕਰਦੇ ਹਾਂ, ਇਕੱਲੀਆਂ ਵਿਚਾਰਾਂ ਨਹੀਂ ਵੀਰ ਜੀ, ਸ਼ਾਇਦ ਆਪਾਂ ਨਹੀਂ ਸੋਚਿਆ, ਕਿਉਂਕਿ ਗਰੀਬੀ 'ਚੋਂ ਉੱਠਿਆ ਹੋਇਆ ਬੰਦਾ ਸੋਚਦਾ ਮੈਂ ਅਮੀਰ ਬਣਾ, ਅਤੇ ਉਹ ਸਖ਼ਤ ਮਿਹਨਤ ਕਰਦਾ ਜੀ, ਪੈਸਾ ਕਮਾਉਂਦਾ। ਹੁਣ ਉਹ ਕਮਾਇਆ ਹੋਇਆ ਪੈਸਾ ਉਹਨੇ ਖਰਚ ਕਰਨਾ, ਅਤੇ ਖਰਚ ਕਰਨ ਗਿਆ ਕੀ ਦੇਖਦਾ, ਦੂਸਰਿਆਂ ਨੂੰ ਦੇਖਦਾ ਜੀ, ਤਾਂ ਉਹ ਘਰ ਦੇ ਵਿੱਚ ਜਿਹੜੀ ਆਊਟਲੁੱਕ ਹੈ ਹਰ ਤਰ੍ਹਾਂ ਦੀ, ਉਹਦੇ ਵਿੱਚ ਬਹੁਤ ਕੁਛ ਐਸਾ ਹੈ ਜਿਹੜਾ ਉਹਦੇ ਅੰਦਰ, ਜਿਵੇਂ ਕੋਈ ਵੀ ਸੀਨਰੀ ਹੈ, ਅਗਰ ਕੋਈ ਸੀਨਰੀ ਸਾਨੂੰ ਮੈਸੇਜ ਦੇ ਰਹੀ ਹੈ ਸਹਿਨਸ਼ੀਲਤਾ ਦਾ, ਸੀਨਰੀ ਮੈਸੇਜ ਦੇ ਰਹੀ ਹੈ ਨਿਮਰਤਾ ਦਾ, ਇਹਦਾ ਮਤਲਬ ਘਰ ਦਾ ਮਾਹੌਲ ਉਸ ਤਰ੍ਹਾਂ ਦਾ ਵਾਈਬ੍ਰੇਸ਼ਨ ਦਾ ਬਣਾ ਲਿਆ। ਕੀ ਸੋਚ ਕੇ ਬਣਾਇਆ ਕਿ ਮੇਰੇ ਅੰਦਰ ਵਾਹਿਗੁਰੂ ਦਾ ਪਿਆਰ ਜਾਗੇਗਾ ਕਿਉਂਕਿ ਉਹ ਨਿਰੰਜਨ ਹੈ, ਅਤੇ ਮੈਨੂੰ ਉਸ ਨਿਰੰਜਨ ਵਾਲੇ ਮਾਹੌਲ ਦਾ ਮੈਸੇਜ ਦੇਣ ਵਾਲਾ ਮੈਂ ਇਹ ਮਾਹੌਲ ਬਣਾਉਣਾ ਜੀ। ਅੱਖਾਂ ਨਾਲ ਸੰਬੰਧਿਤ ਹੋ ਗਿਆ, ਕੰਨਾਂ ਨਾਲ ਸੰਬੰਧਿਤ, ਮੈਂ ਗੱਲਾਂ ਵੀ ਉਹੀ ਸੁਣਨੀਆਂ ਨੇ, ਪੜ੍ਹਨਾ ਵੀ ਉਹੀ ਹੈ ਅਤੇ ਡਿਸਕਸ ਵੀ ਉਹੀ ਕਰਨਾ, ਤਾਂ ਕਿ ਵਾਹਿਗੁਰੂ ਸੱਚੇ ਪਾਤਸ਼ਾਹ ਨਾਲ ਪਿਆਰ ਬਣੇ। ਹੁਣ ਅੱਗੇ ਕਹਿ ਦਿੱਤਾ ਜਿਨ ਸੇਵਿਆ ਤਿਨ ਪਾਇਆ ਮਾਨ, ਇੱਥੇ ਸੇਵਿਆ ਦੇ ਅਰਥ ਹੈ ਜਿਨ੍ਹਾਂ ਨੇ ਉਸਨੂੰ ਯਾਦ ਰੱਖਿਆ, ਰਾਈਟ। ਯਾਦ ਰੱਖਣ ਵਾਸਤੇ ਕਾਫੀ ਅੰਦਰ ਅਵੇਅਰਨੈਸ ਚਾਹੀਦੀ ਹੈ। ਹੁਣ ਦੇਖੋ ਆਪਾਂ ਦਰਵਾਜ਼ਾ ਬੰਦ ਕਰਦੇ ਹਾਂ ਜੀ, ਕਦੀ ਫੀਲਿੰਗ ਲੈ ਕੇ ਦੇਖੋ ਵੀਰ ਜੀ, ਸਾਡਾ ਮਨ ਉਸ ਵੇਲੇ ਬਹੁਤ ਕਾਹਲੀ 'ਚ ਹੁੰਦਾ, ਕਈ ਵਾਰੀ ਤਾਂ ਅਣਹੋਈ ਕਾਹਲੀ ਹੈ, ਸਾਡੇ ਕੋਲ ਟਾਈਮ ਹੈ। ਹੁਣ ਸੋਚ ਕੇ ਦੇਖੋ ਆਪਾਂ ਦਰਵਾਜ਼ਾ ਬੰਦ ਕਰਨਾ, ਗੱਡੀ ਤੱਕ ਜਾਂਦੇ ਹਾਂ ਕਿੰਨਾ ਕੁ ਟਾਈਮ ਲੱਗੇਗਾ, ਡੇਢ ਮਿੰਟ ਜੀ, ਦੋ ਮਿੰਟ, ਦੋ ਮਿੰਟ ਦੀ ਬਜਾਏ ਪੰਜ ਦਸ ਸੈਕਿੰਡ ਹੋਰ ਲੱਗ ਜਾਣਾ, ਕੋਈ ਫਰਕ ਨਹੀਂ ਪੈਂਦਾ। ਦਰਵਾਜ਼ਾ ਬੰਦ ਕਰਨ ਲੱਗੇ ਹਾਂ, ਘਰ ਕਿਹਦਾ? ਵਾਹਿਗੁਰੂ ਦਾ। ਵਾਹਿਗੁਰੂ ਦੇ ਘਰ ਦਾ ਮੈਂ ਦਰਵਾਜ਼ਾ ਬੰਦ ਕਰ ਰਿਹਾ। ਦੇਖੋ ਜਦੋਂ ਆਪਾਂ ਗੁਰਦੁਆਰਾ ਸਾਹਿਬ ਦਾ, ਸਾਨੂੰ ਕੋਈ ਕਹਿ ਦੇ ਵੀ ਗੁਰਦੁਆਰਾ ਸਾਹਿਬ ਦਾ ਇੱਧਰੋਂ ਦਰਵਾਜ਼ਾ ਬੰਦ ਕਰਿਓ ਜੀ, ਅਤੇ ਆਪਾਂ ਉਹ ਬੜੇ ਸਤਿਕਾਰ ਪਿਆਰ ਨਾਲ, ਤਾਂ ਕਿ ਗੁਰੂ ਸਾਹਿਬ ਦੇ ਸੱਚਖੰਡ ਦਾ ਦਰਵਾਜ਼ਾ ਬੰਦ ਕਰਦੇ ਹਾਂ, ਤਾਂ ਸਾਡੇ ਅੰਦਰ ਇੱਕ ਸਹਿਨਸ਼ੀਲਤਾ ਹੈ, ਸਹਿਜ ਹੈ, ਸਾਡੇ ਅੰਦਰ ਇੱਕ ਰਿਸਪੈਕਟ ਹੈ, ਸਾਡੇ ਅੰਦਰ ਇੱਕ ਪਿਆਰ ਹੈ। ਰੱਬ ਦੀ ਦਿੱਤੀ ਹੋਈ ਹਰ ਦਾਤ ਨੂੰ ਵਰਤਣ ਲੱਗਿਆਂ ਇਹ ਅਹਿਸਾਸ ਸਾਡੇ ਅੰਦਰ ਬਣੇ, ਉਹ ਹੈ ਉਹਨੂੰ ਯਾਦ ਰੱਖਿਆ ਜੀ। ਜਿਨ੍ਹਾਂ ਨੇ ਉਸਨੂੰ ਯਾਦ ਰੱਖਿਆ, ਇਹਨੂੰ ਸਿਮਰਨ ਕਿਹਾ, ਹਰ ਵੇਲੇ ਦਾ ਸਿਮਰਨ। ਹਰ ਦਾਤ ਨੂੰ ਵਰਤਣ ਲੱਗਿਆਂ ਉਹਨੂੰ ਯਾਦ ਰੱਖਿਆ, ਜਿਨ ਸੇਵਿਆ ਤਿਨ ਪਾਇਆ ਮਾਨ ਜੀ, ਉਸਨੂੰ ਸੰਸਾਰ ਵਿੱਚ ਜ਼ਰੂਰ ਰਿਸਪੈਕਟ ਮਿਲੇਗੀ, ਕਿਉਂਕਿ ਦੇਖਣ ਨੂੰ ਤਾਂ ਭਾਵੇਂ ਛੋਟਾ ਜਿਹਾ ਨੁਕਤਾ ਹੈ, ਪਰ ਉਹਨੇ ਆਪਣੇ ਮਨ ਨੂੰ ਮੈਨੇਜ ਕਰਨ ਵਾਸਤੇ ਇੱਕ ਐਸਾ ਪੁਆਇੰਟ ਲੱਭ ਲਿਆ ਕਿ ਉਹ ਹਰ ਵੇਲੇ ਹਰ ਥਾਂ 'ਤੇ ਆਪਣੇ ਮਨ ਨੂੰ ਮੈਨੇਜ ਕਰ ਰਿਹਾ। ਥੋੜ੍ਹਾ ਇਹ ਕਹਿਣ ਦਾ ਮਤਲਬ ਹੈਗਾ ਕਿ ਯਾਦ ਦਾ ਇਹ, ਲੈਟਸ ਟੇਕ ਐਨ ਐਗਜ਼ਾਮਪਲ, ਫੋਰ ਐਗਜ਼ਾਮਪਲ, ਕਿ ਕਿਸੇ ਵਿਅਕਤੀ ਨੂੰ ਤੁਸੀਂ ਜਦੋਂ ਯਾਦ ਕਰਦੇ ਹੋ, ਹਾਂਜੀ, ਸਪੋਜ਼ ਤੁਹਾਡਾ ਕੋਈ ਰਿਸ਼ਤੇਦਾਰ ਹੈ, ਤੁਹਾਡੇ ਉਹਦੇ ਨਾਲ ਜਿਹੜੇ ਚੰਗੇ ਪਲ ਬੀਤੇ ਗਏ ਨੇ, ਹਾਂਜੀ, ਚੰਗੀਆਂ ਗੱਲਾਂ ਹੋਈਆਂ ਉਹਦੇ ਨਾਲ, ਚੰਗੇ ਮੂਮੈਂਟਸ ਜਿਹੜੇ ਨੇ, ਉਹਨਾਂ ਨੂੰ ਯਾਦ ਕਰਕੇ ਤੁਸੀਂ ਉਸ ਵਿਅਕਤੀ ਨੂੰ ਯਾਦ ਕਰਦੇ ਹੋ। ਸੋ ਜੇ ਵਾਹਿਗੁਰੂ ਦੀ ਜਦੋਂ ਅਸੀਂ ਗੱਲ ਕਰ ਰਹੇ ਹਾਂ, ਤਾਂ ਉਹਨਾਂ ਦੇ ਜਿਹੜੇ ਗੁਣ ਨੇ
ਉਹ ਜਦੋਂ ਅਸੀਂ ਮਨ ਵਿੱਚ ਧਾਰ ਲਾਂਗੇ, ਹਰ ਸਮੇਂ ਉਹ ਯਾਦ ਰੱਖਾਂਗੇ, ਤਾਂ ਫਿਰ ਅਸੀਂ ਸ਼ਾਇਦ ਗਲਤ ਰਾਹਾਂ 'ਤੇ ਤੁਰਾਂਗੇ, ਸ਼ਾਇਦ ਨਹੀਂ ਬਲਕਿ ਯਕੀਨਨ ਤੌਰ 'ਤੇ ਗਲਤ ਰਾਹਾਂ 'ਤੇ ਨਹੀਂ ਤੁਰਾਂਗੇ। ਸਾਡੀ ਸੋਚ ਜਿਹੜੀ ਹੈ ਉਹ ਸਾਨੂੰ ਮਜਬੂਰ ਕਰੇਗੀ ਕਿ ਅਸੀਂ ਸਹੀ ਟਰੈਕ 'ਤੇ ਹੀ ਰਹੀਏ। ਹਾਂਜੀ, ਇੱਕ ਇਹਦੇ 'ਚੋਂ ਇੱਕ ਪੁਆਇੰਟ ਹੋਰ ਹੈਗਾ ਜੀ, ਉਹਦੇ ਗੁਣਾਂ ਨੂੰ ਯਾਦ ਰੱਖਣਾ ਥੋੜ੍ਹਾ ਜਿਹਾ ਔਖਾ ਹੈ। ਰਾਈਟ, ਸੌਖਾ ਕੀ ਹੈ? ਉਹਦੀਆਂ ਦਾਤਾਂ ਦਾ ਅਹਿਸਾਸ ਕਰਨਾ, ਕਿਉਂਕਿ ਉਹ ਨਿੱਤ ਵਰਤ ਰਹੇ ਹਾਂ ਆਪਾਂ। ਰਾਈਟ, ਸਵੇਰ ਤੋਂ ਲੈ ਕੇ ਸ਼ਾਮ ਤੱਕ ਨਿੱਤ ਵਰਤ ਰਹੇ ਹਾਂ। ਪਾਣੀ ਵਾਹਿਗੁਰੂ ਦੀ ਦਾਤ ਹੈ, ਉਹਦਾ ਸਾਡੀ ਜ਼ਿੰਦਗੀ 'ਚ ਕਿੰਨਾ ਰੋਲ ਹੈ। ਰਾਈਟ, ਕੱਪੜੇ ਸਭ ਕੁਛ, ਅਸੀਂ ਜੋ ਕੁਛ ਵੀ ਵਰਤ ਰਹੇ ਹਾਂ, ਦੇਖੋ ਪੈੱਨ ਵਰਤ ਰਹੇ ਹਾਂ, ਇੱਕ ਅਹਿਸਾਸ ਕਰਨਾ ਵਾਹਿਗੁਰੂ ਦੀ ਦਿੱਤੀ ਦਾਤ ਹੈ ਜੀ। ਇਹਨੂੰ ਇੱਕ ਹੋਰ ਸੋਚਿਓ, ਗੁਰੂ ਘਰ ਦੇ ਵਿੱਚ ਸਹਿਜ ਪਾਠ ਕਰਨ ਵਾਸਤੇ ਇੱਕ ਕਾਪੀ ਰੱਖ ਦਿੱਤੀ ਗਈ ਜੀ, ਉੱਥੇ ਇੱਕ ਪੈੱਨ ਰੱਖ ਦਿੱਤਾ ਗਿਆ ਮਹਾਰਾਜ ਦੀ ਹਜ਼ੂਰੀ, ਵੀ ਜਿਹੜਾ ਬੰਦਾ ਸਹਿਜ ਪਾਠ ਕਰਦਾ ਉਹ ਆਪਣਾ ਲਿਖ ਲਵੇ। ਠੀਕ, ਹੁਣ ਉਹ ਜਦੋਂ ਕਾਪੀ ਚੁੱਕਦਾ ਉਹਨੂੰ ਕਦੀ ਜੂਠੇ ਹੱਥ ਨਹੀਂ ਲਾਉਂਦਾ, ਕਿਉਂ? ਇਹ ਸੋਚਦਾ ਵੀ ਇਹ ਗੁਰੂ ਮਹਾਰਾਜ ਦੀ ਕਾਪੀ ਹੈ, ਗੁਰੂ ਮਹਾਰਾਜ ਦਾ ਪੈੱਨ ਹੈ। ਤਾਂ ਇਹ ਇੱਕ ਸਾਈਕੋਲੋਜੀਕਲੀ ਟ੍ਰੇਨਿੰਗ ਹੈ ਵੀ ਹਰ ਵੇਲੇ ਹੀ ਤੂੰ ਸਭ ਚੀਜ਼ ਨੂੰ ਉਹਦੀ ਦਾਤ ਸਮਝ। ਰਾਈਟ, ਜਦੋਂ ਦਾਤ ਸਮਝ ਕੇ ਵਰਤਾਂਗੇ ਤਾਂ ਪਿਆਰ ਵਧੇਗਾ। ਦੇਖੋ ਇੱਕ ਹੋਰ ਐਗਜ਼ਾਮਪਲ ਦੇਵਾਂ ਜੀ, ਕਦੀ ਲੋੜ ਪਈ ਆਪਾਂ ਨੂੰ ਕਿਸੇ ਦੀ ਕਾਰ ਮੰਗਣ ਦੀ, ਬੇਟੇ ਨੂੰ ਆਪਾਂ ਪਿੱਕ ਕਰਨਾ, ਸਾਡੀਆਂ ਦੋ ਕਾਰਾਂ ਸੀ, ਦੋਨੋਂ ਇੰਗੇਜਡ ਹੈ, ਗਈਆਂ ਹੋਈਆਂ ਨੇ, ਅਤੇ ਆਪਾਂ ਕਿਸੇ ਰਿਲੇਟਿਵ ਨੂੰ ਜਾਂ ਗੁਆਂਢੀ ਨੂੰ ਕਿਹਾ ਵੀ ਪਲੀਜ਼ ਮੈਂ ਬੇਟੇ ਨੂੰ ਪਿੱਕ ਕਰਕੇ ਲੈ ਕੇ ਆਉਣਾ, ਗੱਡੀ ਲੈ ਜਾਓ, ਉਹਦੇ ਲਈ ਵੀ ਕੁਛ ਵੀ ਨਹੀਂ, ਉਹ ਕਹਿੰਦਾ ਫਿਰ ਕੀ ਹੈ, ਲੈ ਜਾਓ, ਹੈ ਨਾ। ਹੁਣ ਸਾਡੇ ਅੰਦਰ ਇੱਕ ਅਹਿਸਾਸ ਹੈ ਕਿ ਅਸੀਂ ਉਹਦੀ ਗੱਡੀ ਮੰਗੀ ਹੈ, ਉਹਦੀ ਗੱਡੀ ਮੰਗ ਕੇ ਜਾ ਰਹੇ ਹਾਂ, ਹੈ ਨਾ, ਅਤੇ ਉਹਦੇ ਨਾਲ ਸੁਚੇਤਤਾ ਵੀ ਵੱਧਦੀ ਹੈ। ਰਾਈਟ, ਇੱਕ ਪਿਆਰ ਵੀ ਵੱਧਦਾ। ਤਾਂ ਸਤਿਗੁਰ ਸੱਚੇ ਪਾਤਸ਼ਾਹ ਸਾਡੇ ਅੰਦਰ ਪਿਆਰ ਜਗਾਉਣ ਵਾਸਤੇ ਜਿਨ ਸੇਵਿਆ ਤਿੰਨ ਪਾਇਆ ਮਾਨ, ਤਾਂ ਤੈਨੂੰ ਜ਼ਿੰਦਗੀ ਵਿੱਚ ਸੁਚੇਤਤਾ ਮਿਲੇਗੀ, ਤੂੰ ਹਰ ਫੈਸਲਾ ਲੈਣ ਤੋਂ ਪਹਿਲਾਂ ਰੱਬ ਦੇ ਭੈ ਵਿੱਚ, ਰੱਬ ਦੇ ਪਿਆਰ ਵਿੱਚ ਸੋਚੇਗਾ, ਤੇ ਨੈਚੁਰਲੀ ਤੇਰੀ ਸੋਚ ਡਿਵੈਲਪ ਹੋਏ, ਸੋਚ ਦੇ ਵਿੱਚ ਪਰਿਵਰਤਨ ਆਏਗਾ, ਤੇ ਤੂੰ ਕੁਝ ਗਲਤ ਰਾਹਾਂ ਤੇ ਨਹੀਂ ਤੁਰੇਗਾ। ਲੈਣੇ ਇੱਕ ਬ੍ਰੇਕ ਜੀ, ਵਾਪਸ ਆ ਕੇ ਹੋਰ ਜਾਣਕਾਰੀ ਲੈਂਦੇ। ਪ੍ਰੋਫੈਸ਼ਨਲ ਕਰਟੀਅਸ ਕਸਟਮਰ ਸਰਵਿਸ ਲਈ ਜਾਣਿਆ ਜਾਂਦਾ ਹੈ ਤਾਜ ਪਾਕ ਕਨਵੈਨਸ਼ਨ ਸੈਂਟਰ, ਜਿੱਥੇ ਤੁਸੀਂ 700 ਤੋਂ ਲੈ ਕੇ 1200 ਵਿਅਕਤੀਆਂ ਲਈ ਬਰਥਡੇ, ਐਨੀਵਰਸਰੀ, ਬ੍ਰਾਈਡਲ ਸ਼ਾਵਰ, ਇੰਗੇਜਮੈਂਟ, ਵੈਡਿੰਗ ਜਾਂ ਆਫਿਸ ਪਾਰਟੀ, ਐਗਜ਼ੀਬਿਸ਼ਨਸ, ਪ੍ਰੋਡਕਟ ਲਾਂਚਸ ਤੇ ਕਾਰਪੋਰੇਟ ਈਵੈਂਟਸ ਕਰਵਾ ਸਕਦੇ ਹੋ। ਖੂਬਸੂਰਤ ਇੰਟੀਰੀਅਰ ਤੇ ਬਿਹਤਰੀਨ ਅਮੈਨਿਟੀਜ਼, ਲਾਜਵਾਬ ਖਾਣਾ, ਫਰੈਂਡਲੀ ਸਟਾਫ, ਸਪੇਸ਼ੀਅਸ ਬੈਂਕਟ ਹਾਲ, ਖੁੱਲੀ ਪਾਰਕਿੰਗ ਤੁਹਾਨੂੰ ਇੱਥੇ ਹੀ ਮਿਲੇਗੀ, ਅਤੇ ਇਹ ਤੁਹਾਡਾ ਬੈਸਟ ਪੋਸੀਬਲ ਐਕਸਪੀਰੀਅੰਸ ਹੋਵੇਗਾ। ਅੱਜ ਹੀ ਆਪਣਾ ਅਗਲਾ ਪ੍ਰੋਗਰਾਮ ਇੱਥੇ ਕਰਾਓ। ਭਾਈ ਰਾਮ ਸਿੰਘ ਜੀ ਨਾਲ ਸਾਂਝ ਪਾ ਰਹੇ ਹਾਂ, ਭਾਈ ਰਾਮ ਸਿੰਘ ਜੀ ਸਾਨੂੰ ਦੱਸ ਰਹੇ ਨੇ ਕਿ ਪੰਜਵੀਂ ਪੌੜੀ ਜਪਜੀ ਸਾਹਿਬ ਦੇ ਵਿੱਚ ਗੁਰੂ ਸਾਹਿਬ ਕੀ ਉਪਦੇਸ਼ ਕਰ ਰਹੇ ਨੇ। ਆਓ ਇਸੀ ਸਫ਼ਰ ਵਿੱਚ ਮੁੜ ਤੋਂ ਜੁੜਦੇ ਹਾਂ ਕਿ ਕਿਸ ਤਰੀਕੇ ਨਾਲ ਉਹ ਜਿਹੜੀ ਯਾਦ ਹੈ, ਜਿਸ ਤਰ੍ਹਾਂ ਇਹਨਾਂ ਨੇ ਬ੍ਰੇਕ ਤੋਂ ਪਹਿਲਾਂ ਕਿ ਜੇਕਰ ਦਾਤਾਂ ਜਿਹਨਾਂ ਨੂੰ ਕਿ ਅਸੀਂ ਹਰ ਰੋਜ਼ ਵਰਤਦੇ ਹਾਂ, ਉਹਨਾਂ ਨੂੰ ਹੀ ਅਸੀਂ ਯਾਦ ਕਰੀਏ, ਸ਼ੁਕਰਾਨੇ ਦਾ ਭਾਵ ਲਿਆਈਏ, ਤਾਂ ਉਹ ਯਾਦ ਸਾਡੀ ਹੋਰ ਡੂੰਘੀ ਹੋਏਗੀ। ਹੋਰ ਕਿਸ ਤਰੀਕੇ ਨਾਲ ਉਸ ਪਰਮਾਤਮਾ ਨੂੰ ਅਸੀਂ ਯਾਦ ਕਰਨਾ ਹੈ, ਅਤੇ ਇਹ ਜਿਹੜਾ ਸਾਡਾ ਸਾਂਝ ਹੈਗੀ ਇਸਨੂੰ ਹੋਰ ਮਜ਼ਬੂਤ ਬਣਾਉਣਾ ਹੈ, ਆਓ ਇਸ ਬਾਰੇ ਜਾਣਕਾਰੀ ਲੈਂਦੇ ਜੀ ਭਾਈ ਸਾਹਿਬ। ਹਾਂਜੀ ਵੀਰ ਜੀ, ਥੈਂਕ ਯੂ ਜੀ। ਆਪਾਂ ਵਿਚਾਰ ਰਹੇ ਸੀ ਜਿਨ ਸੇਵਿਆ ਤਿੰਨ ਪਾਇਆ ਮਾਨ। ਅਸੀਂ ਸ਼ਾਇਦ ਕਦੀ ਸੋਚਦੇ ਨਹੀਂ, ਸਾਡੇ ਮਨ ਅੰਦਰ ਜਿਹੜਾ ਹਿਡਨ ਸਟ੍ਰੈਸ ਹੈ ਉਹਦਾ ਕਾਰਨ ਹੈ ਮਨ ਕਾਲਾ ਪੈਂਦਾ। ਠੀਕ, ਅਤੇ ਅਸੀਂ ਨਾ ਇਮਪੇਸ਼ੈਂਸ ਕਲਚਰ ਦੇ ਬੀਜ ਰਹੇ ਹਾਂ। ਐਕੂਰੇਟ ਟਾਈਮ ਅਸੀਂ ਰੱਖਦੇ ਹਾਂ ਜ਼ਿੰਦਗੀ 'ਚ ਜੀ, ਮਨ ਬਹੁਤ ਕਾਲਾ ਹੁੰਦਾ, ਅਤੇ ਆਹ ਚੀਜ਼ ਜਿਹੜੀ ਯਾਦ ਵਾਲੀ ਹੈ ਵਿਸਰ ਰਹੀ ਹੈ, ਤਾਂ ਉਹਦੇ ਨਾਲ ਸਾਡੇ ਮਨ ਅੰਦਰ ਇੱਕ ਸਹਿਜ ਆਉਣਾ ਸ਼ੁਰੂ ਹੁੰਦਾ। ਅਤੇ ਸਹਿਜ ਇੱਕ ਐਸਾ ਗੁਣ ਹੈ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਅੰਦਰ, ਜਿਹੜੇ ਵੱਖ ਵੱਖ ਗੁਣ ਨੇ ਨਾ ਜੀ, ਉਹਨਾਂ 'ਚੋਂ ਸਹਿਜ ਨੂੰ ਬਾ ਕਮਾਲ ਐਕਸਪਲੇਨ ਕੀਤਾ ਗਿਆ, ਜਿੱਥੇ ਜਿੱਥੇ ਜ਼ਿਕਰ ਆਏਗਾ ਆਪਾਂ ਉੱਥੇ ਡਿਸਕਸ ਕਰਾਂਗੇ। ਸਹਿਜ ਦੇ ਨਾਲ ਹੀ ਬਾਕੀ ਗੁਣ ਪੈਦਾ ਹੁੰਦੇ ਨੇ। ਠੀਕ, ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਨੇ ਆਪਣੀ ਲਾਈਫ ਦਾ ਇੱਕ ਐਕਸਪੀਰੀਅੰਸ ਲਿਖਿਆ ਅਨੰਦ ਸਾਹਿਬ ਦੀ ਬਾਣੀ ਅੰਦਰ, ਪਹਿਲੀਆਂ ਦੋ ਪੰਕਤੀਆਂ, ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿਜ ਸੇਤੀ, ਮਨ ਵਜੀਆਂ ਵਧਾਈਆਂ। ਇੱਥੇ ਪਾਇਆ ਮਾਨ ਦੇ ਅਰਥ ਕੀ ਹੈ, ਵਡਿਆਈ ਕਿਵੇਂ ਮਿਲੇਗੀ? ਕਿਉਂਕਿ ਇਹ ਜਦੋਂ ਤੂੰ ਦਾਤਾ ਨੂੰ ਉਹਦੇ ਪਿਆਰ ਵਿੱਚ ਵਰਤੇਗਾ ਤਾਂ ਤੇਰੇ ਅੰਦਰ ਉਹ ਪਿਆਰ ਵਧੇਗਾ, ਅਤੇ ਪਿਆਰ ਨਾਲ ਇੱਕ ਰਿਸਪੋਂਸੀਬਿਲਿਟੀ ਵੀ ਵੱਧਦੀ ਹੈ ਜੀ। ਠੀਕ, ਤੁਸੀਂ ਕਦੀ ਸੁਸਾਇਟੀ ਜਿਹੜਾ ਸਾਡਾ ਕਲਚਰ ਹੈ ਉਹਦੇ 'ਚ ਦੇਖੋ, ਜਿਸ ਬੰਦੇ ਨਾਲ ਤੁਹਾਡਾ ਜ਼ਿਆਦਾ ਪਿਆਰ ਹੈ ਉਹਨੇ ਕਿਸੇ ਫੈਮਿਲੀ ਫੰਕਸ਼ਨ 'ਤੇ ਤੁਹਾਨੂੰ ਇਨਵਾਈਟ ਕੀਤਾ ਜੀ, ਤੁਸੀਂ ਲੇਟ ਨਾ ਹੋ ਜਾਈਓ, ਕੀ ਕਹੇਗਾ? ਇੱਕ ਜਵਾਬਦੇਹੀ ਵੱਧ ਗਈ ਅੰਦਰੋਂ, ਠੀਕ, ਰਿਸਪੋਂਸੀਬਿਲਿਟੀ ਵੱਧ ਗਈ। ਜੇ ਕਿਤੇ
ਐਸੀ ਐਮਰਜੈਂਸੀ ਆ ਗਈ ਕਿ ਸਾਨੂੰ ਮਿਸ ਕਰਨਾ ਪੈ ਗਿਆ। ਦੇਖੋ ਅਸੀਂ ਉਹਨੂੰ ਮੈਸੇਜ ਵੀ ਕਰਦੇ ਹਾਂ, ਅਸੀਂ ਫੋਨ ਕਾਲ ਵੀ ਕਰਦੇ, ਅਸੀਂ ਮਾਫ਼ੀ ਵੀ ਮੰਗਦੇ ਹਾਂ ਵੀ ਸੋਰੀ ਮੈਂ ਆ ਨਹੀਂ ਸਕਿਆ ਜੀ। ਜੇ ਇਸੇ ਤਰ੍ਹਾਂ ਕਿਤੇ ਸੋਰੀ ਵਾਹਿਗੁਰੂ ਤੋਂ ਮੰਗਣ ਲੱਗ ਜਾਈਏ, ਇਸੇ ਤਰ੍ਹਾਂ ਹੀ ਸਾਡੇ ਅੰਦਰ ਪਛਤਾਵਾ, ਉਹ ਜਿਹੜਾ ਪਛਤਾਵਾ ਉਹਨੂੰ ਕਹਿੰਦੇ ਨੇ ਬੈਰਾਗ, ਪੇਨ ਆਫ ਲਵ, ਇਸ ਵਿੱਚੋਂ ਬੈਰਾਗ ਪੈਦਾ ਹੋਏਗਾ। ਹੁਣ ਅੱਗੋਂ ਸਤਿਗੁਰੂ ਜੀ ਕਹਿੰਦੇ ਵੀ ਤੂੰ ਸਾਈਕੋਲੋਜੀਕਲੀ ਪ੍ਰੈਕਟਿਸ ਕੀ ਕਰਨੀ ਹੈ, ਹੁਣ ਅਗਲੀ ਪੰਕਤੀ ਵਿੱਚ ਤੂੰ ਪ੍ਰੈਕਟਿਸ ਕੀ ਕਰਨੀ ਹੈ, ਨਾਨਕ ਗਾਵੀ ਹੈ ਗੁਣੀ ਨਿਧਾਨ। ਹੁਣ ਇੱਥੇ ਗਾਵੀ ਹੈ ਸ਼ਬਦ ਨੂੰ ਨਾ ਜੀ, ਪਿੱਛੇ ਜਿਹੜੀ ਪੌੜੀ ਸੀ ਗਾਵੈ ਕੋ ਜੀ, ਉਹਦੇ ਨਾਲ ਜੋੜ ਕੇ ਦੇਖੋ। ਸਾਡੀ ਆਮ ਜਦੋਂ ਡਿਸਕਸ਼ਨ ਹੁੰਦੀ ਹੈ, ਫੋਰ ਐਗਜ਼ਾਮਪਲ ਆਪਾਂ ਉੱਥੇ ਡਿਸਕਸ਼ਨ ਕੀਤੀ, ਫਲਾਨੇ ਬੰਦੇ ਨੇ ਮੈਨੂੰ ਦੱਸ ਪਾਈ ਮੇਰਾ ਆਹ ਕੰਮ ਹੋ ਗਿਆ, ਤਾਂ ਤੁਸੀਂ ਕਿਹਦੀ ਵਡਿਆਈ ਕੀਤੀ ਉਸ ਬੰਦੇ ਦੀ, ਕ੍ਰੈਡਿਟ ਕਿਹਨੂੰ ਦਿੱਤਾ ਉਸ ਬੰਦੇ ਨੂੰ, ਤੁਸੀਂ ਕਿਹਦਾ ਗੁਣ ਗਾਇਆ ਉਸ ਬੰਦੇ ਦਾ, ਕਿਸ ਨੂੰ ਕ੍ਰੈਡਿਟ ਦੇ ਰਹੇ ਹੋ। ਆਪਸ ਵਿੱਚ ਡਿਸਕਸ਼ਨ ਕਰਨ ਲੱਗਿਆ ਜਿੰਨੀਆਂ ਸਾਡੀਆਂ ਅਚੀਵਮੈਂਟਸ ਨੇ, ਕਾਸ਼ ਅਸੀਂ ਉਹਦਾ ਕ੍ਰੈਡਿਟ ਗੁਰੂ ਗ੍ਰੰਥ ਸਾਹਿਬ ਜੀ ਨੂੰ ਦੇਣਾ ਸ਼ੁਰੂ ਕਰੀਏ, ਉਹਦਾ ਕ੍ਰੈਡਿਟ ਵਾਹਿਗੁਰੂ ਜੀ ਨੂੰ ਦੇਣਾ ਸ਼ੁਰੂ ਕਰੀਏ। ਉਸ ਨੂੰ ਕਿਹਾ ਇੱਥੇ ਗਾਵੀ ਹੈ, ਠੀਕ ਹੈ ਜੀ। ਅੱਗੇ ਆ ਗਿਆ ਗੁਣੀ ਨਿਧਾਨ, ਗੁਣਾਂ ਦੇ ਖਜ਼ਾਨੇ ਨੂੰ ਜੀ, ਕਿਵੇਂ ਗਾਵੀ ਹੈ ਸੁਣੀ ਹੈ ਮਨ ਰੱਖੀ ਹੈ ਭਾਵ। ਇਹਦਾ ਮਤਲਬ ਜਦੋਂ ਕੋਈ ਸਾਹਮਣੇ ਵਾਲਾ, ਦੇਖੋ ਵੀਰ ਜੀ ਇੱਕ ਗੱਲ ਤਾਂ ਪੱਕੀ ਹੈ, ਜਿਹੜਾ ਗੁਰੂ ਗ੍ਰੰਥ ਸਾਹਿਬ ਜੀ ਦੇ ਪਿਆਰ ਵਿੱਚ ਭਿੱਜਿਆ ਹੋਇਆ ਜੀ, ਉਹ ਜਦੋਂ ਆਪਣੀ ਬੇਟੀ ਦੀ ਵੀ ਗੱਲ ਕਰਦਾ ਨਾ, ਮੇਰੀ ਬੇਟੀ ਫਸਟ ਆਈ ਹੈ, ਮੇਰਾ ਬੇਟਾ ਫਸਟ ਆਇਆ, ਜਾਂ ਮੇਰਾ ਬੇਟਾ ਇਸ ਖੇਤਰ ਵਿੱਚ ਸਕਸੈਸ ਹੋਇਆ, ਤਾਂ ਪਿਆਰ ਵਿੱਚ ਭਿੱਜਿਆ ਕਹਿੰਦਾ ਵੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ ਲੱਖ ਲੱਖ ਸ਼ੁਕਰ ਜੀ, ਜੀ ਉਹਨੇ ਕਿਰਪਾ ਕੀਤੀ। ਤੁਹਾਨੂੰ ਬਹੁਤ ਸਾਰੇ ਬੰਦੇ ਇਹ ਕਹਿੰਦੇ ਦੇਖੇ ਹੋਣਗੇ ਗੁਰੂ ਗ੍ਰੰਥ ਸਾਹਿਬ ਜੀ ਦਾ ਬਹੁਤ ਸ਼ੁਕਰ ਜੀ, ਮੇਰੇ ਬੱਚੇ ਸਾਫ ਸੂਰਤ ਨੇ, ਰਾਈਟ, ਗੁਰੂ ਗ੍ਰੰਥ ਸਾਹਿਬ ਜੀ ਦਾ ਬਹੁਤ ਸ਼ੁਕਰ ਮੇਰੇ ਬੱਚੇ ਗੁਰਬਾਣੀ ਨਾਲ ਜੁੜੇ ਹੋਏ ਨੇ। ਇਹਦਾ ਮਤਲਬ ਉਹ ਜਦੋਂ ਗੱਲ ਸੁਣਾ ਰਹੇ ਨੇ ਤਾਂ ਕਿਹਨੂੰ ਗਾ ਰਹੇ ਨੇ, ਗੁਰੂ ਗ੍ਰੰਥ ਸਾਹਿਬ ਜੀ, ਇਹ ਗਾਉਣ ਦਾ ਕੰਸੈਪਟ ਹੈ। ਸਾਹਮਣੇ ਵਾਲਾ ਉਹਨੇ ਹੀ ਸ਼ੁਕਰਾਨੇ ਵਿੱਚ ਸੁਣੇ, ਪ੍ਰਭਾਵਿਤ ਹੋਵੇ, ਉਹਦੇ ਮਨ ਵਿੱਚ ਆਇਆ ਹੋਵੇ ਵੀ ਮੈਨੂੰ ਬਹੁਤ ਚੰਗਾ ਲੱਗਿਆ ਵੀ ਉਹ ਜਦੋਂ ਕਹਿੰਦਾ ਸੀ ਨਾ ਵੀ ਮੇਰਾ ਬੇਟਾ ਸਾਬਤ ਸੂਰਤ ਹੈ, ਸਿੱਖੀ ਨਾਲ ਜੁੜਿਆ ਹੋਇਆ, ਸ਼ੁਕਰ ਗੁਰੂ ਗ੍ਰੰਥ ਸਾਹਿਬ ਜੀ ਦਾ, ਮੈਨੂੰ ਬਹੁਤ ਚੰਗਾ ਲੱਗਿਆ, ਕਾਸ਼ ਮੈਂ ਵੀ ਇਸ ਤਰ੍ਹਾਂ ਦੀ ਗੱਲ ਕਰਿਆ ਕਰਾਂ। ਇਹਦਾ ਮਤਲਬ ਉਹ ਵੀ ਸੁਣ ਰਿਹਾ, ਗਾ ਵੀ ਹੈ ਸੁਣੀਏ ਮਨ ਰੱਖੀਏ ਭਾਵ। ਹੁਣ ਇਸ ਵਿੱਚ ਇੱਕ ਬੜੀ ਕਮਾਲ ਦੀ ਰਮਜ ਹੈ, ਜਦੋਂ ਵੀ ਕੋਈ ਗੁਰਮਤ ਦੀ ਗੱਲ ਦੱਸਦਾ ਹੋਵੇ, ਉਹ ਗੁਰੂ ਦੇ ਪਿਆਰ ਵਿੱਚ ਦੱਸਦਾ ਹੋਵੇ, ਤੇ ਜਦੋਂ ਕੋਈ ਸੁਣਦਾ ਹੋਵੇ ਉਹ ਗੁਰੂ ਦੇ ਪਿਆਰ ਵਿੱਚ ਸੁਣਦਾ ਹੋਵੇ, ਮਨ ਰੱਖੀਏ ਭਾਵ, ਤੇ ਆਹ ਇੱਕ ਤਰੀਕਾ ਹੈ ਰੱਬ ਨਾਲ ਪਿਆਰ ਪਾਉਣ ਦਾ। ਕਈ ਵਾਰੀ ਤੁਸੀਂ ਦੇਖੋਗੇ ਗੁਰਦੁਆਰਾ ਸਾਹਿਬ ਕਥਾ ਹੋ ਰਹੀ, ਕਥਾ ਕਰਨ ਵਾਲਾ ਪੂਰੇ ਪਿਆਰ ਵਿੱਚ ਭਿੱਜਿਆ ਹੋਇਆ ਜੀ। ਮੈਂ ਪਿੱਛੇ ਜਿਹਾ ਇੱਕ ਮੈਸੇਜ ਦਿੱਤਾ, ਅਸੀਂ ਇੱਕ ਬੱਚਿਆਂ ਦਾ ਜਨਮ ਦਿਨ ਸਮੂਹਿਕ ਤੌਰ 'ਤੇ ਗੁਰਦੁਆਰਾ ਸਾਹਿਬ ਮਨਾਇਆ, ਬੱਚਿਆਂ ਨੇ ਸਲਾਈਡ ਸ਼ੋਅ ਪੇਸ਼ ਕੀਤਾ, ਸੰਗਤ ਬਹੁਤ ਪ੍ਰਭਾਵਿਤ ਹੋਈ, ਅਤੇ ਉਸ ਤੋਂ ਬਾਅਦ ਮੈਂ ਇੱਕ ਛੋਟੀ ਜਿਹੀ ਮੂਵੀ ਉਹਨਾਂ ਦੇ ਸਾਹਮਣੇ ਪੇਸ਼ ਕੀਤੀ। ਉਸ ਮੂਵੀ ਦੇ ਵਿੱਚ ਇੱਕ ਛੋਟੀ ਬੱਚੀ ਦੂਸਰੀ ਬੱਚੀ ਤੋਂ ਪ੍ਰਭਾਵਿਤ ਹੁੰਦੀ ਹੈ, ਉਹ ਮਨ ਵਿੱਚ ਕਹਿੰਦੀ ਹੈ ਉਹ ਦੀਦੀ ਨੇ ਹੱਥ ਕਿਵੇਂ ਜੋੜੇ ਹੋਏ ਨੇ, ਉਹਦੇ ਵਾਂਗੂ ਹੱਥ ਜੋੜਦੀ ਹੈ, ਉਹ ਦੀਦੀ ਬੈਠੀ ਕਿਵੇਂ ਹੈ, ਉਹਦੇ ਵਾਂਗੂ ਫਿਰ ਇੱਦਾਂ ਬੈਠਦੀ ਹੈ। ਮੈਂ ਉਹਨਾਂ ਨੂੰ ਕਿਹਾ, ਮੈਂ ਕਿਹਾ ਬੱਚਾ ਸਾਡੀਆਂ ਹਰਕਤਾਂ ਦੇਖ ਰਿਹਾ, ਜਦੋਂ ਕੋਈ ਸੰਗਤ ਵਿੱਚ ਇੱਦਾਂ ਬੈਠਾ ਕਿ ਲੱਗਦਾ ਤਾਂ ਬੰਨ੍ਹ ਕੇ ਬਿਠਾਇਆ ਹੋਇਆ ਹੈ ਨਾ, ਬੜਾ ਉਦਾਸ ਬੈਠਾ, ਉਹ ਬੜਾ ਅੰਦਰੋਂ ਦੁਖੀ ਜਿਹਾ ਬੈਠਾ, ਤਾਂ ਇਹਦਾ ਮਤਲਬ ਉਹਦਾ ਮੈਸੇਜ ਦੂਸਰੇ ਲਈ ਕੀ ਜਾ ਰਿਹਾ, ਗਲਤ ਜਾ ਰਿਹਾ, ਕਿਉਂਕਿ ਉਹਦੇ ਮਨ ਵਿੱਚ ਭਾਵ ਨਹੀਂ ਹੈ, ਪਿਆਰ ਨਹੀਂ ਹੈ। ਹੁਣ ਉਹ ਸੁਣਾਉਣ ਵਾਲਾ ਬੜੇ ਪਿਆਰ ਵਿੱਚ ਸੁਣਾ ਰਿਹਾ, ਠੀਕ ਹੈ ਜੀ, ਸੁਣਨ ਵਾਲਾ ਵੀ ਉਸ ਪਿਆਰ ਵਿੱਚ ਸੁਣੇ, ਤਾਂ ਇਹ ਉਹ ਰੱਬ ਦੇ ਪਿਆਰ ਨੂੰ ਵਧਾਉਣ ਦਾ ਇੱਕ ਤਰੀਕਾ ਹੈ ਜੀ। ਇਸੇ ਲਈ ਆਪਾਂ ਦੇਖਦੇ ਜਿਹੜੀ ਸਰੋਤਾ ਸੰਗਤ ਹੁੰਦੀ ਹੈ, ਜਿਹੜੇ ਪਿਆਰ ਵਿੱਚ ਰਸੀਏ ਹੁੰਦੇ ਨੇ, ਜਦੋਂ ਉਹ ਪਿਆਰ ਵਿੱਚ ਸੁਣਦੇ ਨੇ ਤੇ ਸੁਣਾਉਣ ਵਾਲੇ ਦੇ ਅੰਦਰ ਵੀ ਪਿਆਰ ਵੱਧਦਾ। ਤੇ ਸਤਿਗੁਰੂ ਜੀ ਨੇ ਸਾਨੂੰ ਇੱਕ ਤਰੀਕਾ ਦੱਸਿਆ ਕਿ ਤੁਸੀਂ ਆਪਸ ਵਿੱਚ ਡਿਸਕਸ਼ਨ ਕਰਨ ਲੱਗੇ ਆ, ਇਹਨੂੰ ਮੈਂ ਇੱਕ ਹੋਰ ਐਕਸਪਲੇਨ ਕਰਾਂ। ਜਦੋਂ ਕੋਈ ਡਿਸਕਸ਼ਨ ਹੁੰਦੀ ਹੈ ਉਹਦੇ 'ਚ ਇੱਕ ਤਾਂ ਜ਼ਿਕਰ ਹੁੰਦਾ ਕਰਤਾ, ਜਿਹੜਾ ਕੰਮ ਕੀਤਾ ਜਾ ਰਿਹਾ ਉਹਦਾ ਕਰਤਾ ਕੌਣ, ਕ੍ਰੀਏਟਰ ਕੌਣ ਹੈ, ਫਿਰ ਹੁੰਦਾ ਕ੍ਰੀਏਸ਼ਨ, ਕੰਮ ਦਾ ਜ਼ਿਕਰ ਕੀਤਾ ਜਾਂਦਾ, ਫਿਰ ਉਹਦੇ ਸਟਾਈਲ ਦਾ ਜ਼ਿਕਰ ਕੀਤਾ ਜਾਂਦਾ। ਤੇ ਗੁਰਬਾਣੀ ਅੰਦਰ ਇਸ ਜੱਗ ਮਹਿ ਪੁਰਖ ਏਕ ਹੈ ਹੋਰ ਸਗਲੀ ਨਾਰ ਸਵਾਈ ਜੀ, ਉਹ ਕ੍ਰੈਡਿਟ ਹਮੇਸ਼ਾ ਵਾਹਿਗੁਰੂ ਜੀ ਨੂੰ ਜਾਵੇ, ਕਰਤਾ ਹਮੇਸ਼ਾ ਵਾਹਿਗੁਰੂ ਜੀ ਨੂੰ ਪੇਸ਼ ਕੀਤਾ ਜਾਵੇ, ਤੇ ਸੁਣਨ ਲੱਗਿਆਂ ਵੀ ਪਿਆਰ ਨਾਲ ਸੁਣਿਆ ਜਾਵੇ, ਗੱਲ ਵੀ ਪਿਆਰ ਨਾਲ ਕੀਤੀ ਜਾਵੇ, ਤਾਂ ਉਹ ਅੰਦਰ ਪਿਆਰ ਬਣੇਗਾ।
ਇਹਦਾ ਬੈਨੀਫਿਟ ਦੁੱਖ ਪਰ ਹਰ ਸੁੱਖ ਸੁੱਖ ਕਰ ਲੈ ਜਾਏ, ਠੀਕ, ਤੇਰੇ ਹਿਰਦੇ 'ਚ ਉਹ ਬੀਜ ਬੀਜੇ ਜਾਣਗੇ ਜਿਹਨਾਂ ਨਾਲ ਤੈਨੂੰ ਸੁੱਖ ਮਿਲੇਗਾ, ਆਨੰਦ ਮਿਲੇਗਾ। ਤੇਰੇ ਹਿਰਦੇ ਵਿੱਚ ਉਹ ਬੀਜ ਜਿਹੜੇ ਬੈਠੇ ਨੇ ਜਿਹਦੇ ਵਿੱਚੋਂ ਦੁੱਖ ਮਿਲੇਗਾ ਉਹ ਬੀਜ ਦੂਰ ਹੋ ਜਾਣਗੇ, ਦੁੱਖ ਪਰ ਹਰ। ਤੁਸੀਂ ਜਿਹੜੀ ਗੱਲ ਕੀਤੀ ਇਹ ਬਹੁਤ ਹੀ ਜ਼ਰੂਰੀ ਭਾਈ ਸਾਹਿਬ, ਅੱਜ ਦੇ ਯੁੱਗ ਦੇ ਵਿੱਚ ਜੋ ਅਸੀਂ ਦੇਖ ਰਹੇ ਹਾਂ ਸ਼ੁਕਰਾਨੇ ਦਾ ਭਾਵ ਘੱਟਦਾ ਜਾ ਰਿਹਾ ਸਾਡਾ। ਹਾਂਜੀ ਹਾਂ, ਵਿਅਕਤੀਗਤ ਤੌਰ 'ਤੇ ਤੁਸੀਂ ਕਿਸੇ ਦਾ ਕੋਈ ਕੰਮ ਕਰ ਦਿੰਦੇ ਹੋ ਜਾਂ ਕੋਈ ਕਰ ਦਿੰਦਾ ਉਸ ਲਈ ਤਾਂ ਤੁਸੀਂ ਬਹੁਤ ਉਸਦਾ ਥੈਂਕ ਯੂ ਕਰਦੇ ਹੋ, ਪਰ ਰੱਬ ਨੂੰ ਅਸੀਂ ਵਿਸਾਰ ਦਿੱਤਾ, ਫੋਰ ਗ੍ਰਾਂਟਿਡ ਲੈ ਲਿਆ ਕਾਇੰਡ ਆਫ ਕਿ ਜੀ ਇਹ ਤਾਂ ਹੋਣਾ ਹੀ ਹੈ, ਪਰ ਜਦੋਂ ਕੁਝ ਸਾਨੂੰ ਮਾਰ ਪੈਂਦੀ ਤਦ ਅਸੀਂ ਫਿਰ ਉਸਨੂੰ ਯਾਦ ਕਰਦੇ ਹਾਂ। ਸੋ ਅਕਿਰਤ ਘਨ ਦੇ ਬਾਰੇ ਵੀ ਗੁਰੂ ਗ੍ਰੰਥ ਸਾਹਿਬ ਵਿੱਚ ਬਹੁਤ ਵੱਡਾ ਲਿਖਿਆ ਗਿਆ ਉਸ ਬਾਰੇ ਕਿ ਬਈ ਇਹ ਸਭ ਤੋਂ ਵੱਡਾ ਜਿਹਨੂੰ ਕਹਿੰਦੇ ਨੇ ਕਿ ਜੀ ਵਿਅਕਤੀ ਜਿਹੜਾ ਸਭ ਤੋਂ ਲੋਐਸਟ ਹੈਗਾ ਉਹ ਉਹੀ ਹੁੰਦਾ ਹੈ ਕਿ ਅਸੀਂ ਜਦੋਂ ਸ਼ੁਕਰਾਨੇ ਦਾ ਭਾਵ ਜਿਹੜਾ ਉਹ ਸਾਡੇ 'ਚ ਨਹੀਂ ਹੋਏਗਾ ਤਾਂ ਅਸੀਂ ਕਿਵੇਂ ਉਸ ਪਰਮਾਤਮਾ ਨੂੰ ਯਾਦ ਕਰਾਂਗੇ। ਸੋ ਤੁਸੀਂ ਬਹੁਤ ਸੋਹਣੇ ਤਰੀਕੇ ਨਾਲ ਜਿਹੜੀ ਗੱਲ ਕੀਤੀ ਕਿ ਹਮੇਸ਼ਾ ਉਹਦੀ ਦਾਤਾਂ ਨੂੰ ਜਦੋਂ ਅਸੀਂ ਵਰਤਦੇ ਹਾਂ ਜੇਕਰ ਉਸਨੂੰ ਹੀ ਅਸੀਂ ਥੈਂਕ ਯੂ ਕਰਨਾ ਸ਼ੁਰੂ ਕਰ ਦਈਏ ਤਾਂ ਸਾਡੇ ਵਿੱਚ ਉਹ ਭਾਵ ਜਿਹੜਾ ਦਿਨ ਬ ਦਿਨ ਵੱਧਦਾ ਜਾਏਗਾ। ਅਸੀਂ ਇੱਕ ਐਪੀਸੋਡ ਵੀ ਕੀਤਾ ਸੀ ਮੇਰੇ ਖਿਆਲ ਨਾਲ ਸ਼ੁਰੂ ਦੇ ਵਿੱਚ ਜਿਹਦੇ 'ਚ ਕਿ ਤੁਸੀਂ ਦੱਸਿਆ ਕਿ ਉੱਠਦੇ ਸਾਰ ਸਵੇਰੇ ਕਿਸ ਤਰੀਕੇ ਨਾਲ ਤੁਸੀਂ ਹਰ ਸਮੇਂ ਉਸ ਵਾਹਿਗੁਰੂ ਨੂੰ ਯਾਦ ਕਰਕੇ ਉਹ ਸ਼ੁਕਰਾਨੇ ਦਾ ਭਾਵ ਹੋਰ ਸਟਰੋਂਗ ਕਰ ਸਕਦੇ ਹੋ। ਸੋ ਉਹਦੇ ਨਾਲ ਮੈਂ ਰਿਲੇਟ ਕਰਕੇ ਇਹੀ ਕਹਾਂਗਾ ਕਿ ਸ਼ੁਕਰਾਨੇ ਦਾ ਭਾਵ ਵੱਧ ਤੋਂ ਵੱਧ ਅਸੀਂ ਹੋਰ ਆਪਣੇ ਵਿੱਚ ਸਟਰੋਂਗ ਕਰੀਏ ਤਾਂ ਕਿ ਉਸ ਨਾਲ ਸਾਨੂੰ ਹੋਰ ਸਾਡਾ ਜਿਹੜਾ ਯਾਦ ਸਿਮਰਨ ਦਾ ਜਦੋਂ ਅਸੀਂ ਕਹਿੰਦੇ ਹਾਂ ਗੱਲਬਾਤ ਤਾਂ ਉਸ ਰੱਬ ਨੂੰ ਅਸੀਂ ਉਸਦੀ ਹੋਂਦ ਨੂੰ ਉਸਦੀ ਦਾਤਾਂ ਨੂੰ ਯਾਦ ਰੱਖਾਂਗੇ। ਨਹੀਂ ਤਾਂ ਸਿਰਫ ਲਫਜ਼ੀ ਤੌਰ 'ਤੇ ਤਾਂ ਅਸੀਂ ਸ਼ਾਇਦ ਵਾਹਿਗੁਰੂ ਕਰਦੇ ਰਹੀਏ ਪਰ ਹਕੀਕੀ ਤੌਰ 'ਤੇ ਸਾਡੇ ਮਨਾਂ ਦੇ ਵਿੱਚ ਉਹ ਗੱਲ ਨਹੀਂ ਬੈਠੇਗੀ। ਹਾਂਜੀ ਵੀਜੀ, ਇਹਦੇ 'ਚ ਨਾ ਇੱਕ ਗੱਲ ਮੈਂ ਹੋਰ ਐਡ ਕਰਾਂ, ਦਰਸ਼ਕਾਂ ਵੱਲੋਂ ਮੈਨੂੰ ਫੀਡਬੈਕ ਵੀ ਆਈ ਜੀ। ਉਹ ਕਹਿੰਦੇ ਵੀ ਜਦੋਂ ਅਸੀਂ ਐਪੀਸੋਡ ਦੇਖਦੇ ਹਾਂ ਤਾਂ ਭਾਵੇਂ ਅਸੀਂ ਉਹ ਪੜ੍ਹਦੇ ਆ ਰਹੇ ਸੀ ਪਰ ਅੱਜ ਪਤਾ ਲੱਗਦਾ ਕਿ ਕੁਛ ਸ਼ਬਦਾਂ ਦੇ ਅੰਦਰ ਜਿਹੜੇ ਡੀਪਲੀ ਮੀਨਿੰਗ ਪਏ ਨੇ ਬੜੇ ਕਮਾਲ ਦੇ ਪਏ ਨੇ ਜੀ। ਤਾਂ ਇੱਥੇ ਵੀ ਹੈ, ਦੋ ਸ਼ਬਦ ਆਏ, ਗਾ ਵੀ ਹੈ ਸੁਣੀ ਹੈ। ਹੁਣ ਆਪਾਂ ਡਿਸਕਸ ਕਰ ਰਹੇ ਸੀ ਕਿ ਸਾਡੀ ਜਿਹੜੀ ਆਮ ਡਿਸਕਸ਼ਨ ਹੈ ਜੀ ਉਸ ਵਿੱਚ ਚੇਂਜ ਆਉਣੀ ਚਾਹੀਦੀ ਹੈ, ਰਾਈਟ, ਕਿਉਂਕਿ ਡਿਸਕਸ਼ਨ ਦਾ ਅਸਰ ਹੀ ਦੂਸਰੇ 'ਤੇ ਪੈਂਦਾ। ਹੁਣ ਡਿਸਕਸ਼ਨ ਦਾ ਸੋਰਸ ਕੀ ਹੈ, ਇੱਥੇ ਬੜਾ ਕਮਾਲ ਦਾ ਕੰਸੈਪਟ ਅੱਗੇ ਕਵਰ ਕਰ ਰਹੇ ਨੇ ਗੁਰੂ ਪਾਤਸ਼ਾਹ। ਹੁਣ ਸੋਰਸ ਕੀ ਹੈ, ਅਸੀਂ ਲੋਕਾਂ ਨੂੰ ਸੁਣਿਆ, ਜੋ ਤਰੀਕਾ ਉਹਨਾਂ ਨੇ ਵਰਤਿਆ ਉਹੀ ਅਸੀਂ ਵਰਤੀ ਜਾ ਰਹੇ, ਜੋ ਅਸੀਂ ਵਰਤੀ ਜਾ ਰਹੇ ਸਾਨੂੰ ਦੇਖ ਕੇ ਪਿੱਛੇ ਯੂਥ ਵਰਤ ਰਿਹਾ, ਉਹਨੂੰ ਦੇਖ ਕੇ ਬੱਚੇ ਵਰਤ ਰਹੇ ਨੇ। ਇਹਦਾ ਮਤਲਬ ਕੋਈ ਨਾ ਕੋਈ ਤੁਹਾਡਾ ਸਟਰੋਂਗ ਸੋਰਸ ਹੋਣਾ ਚਾਹੀਦਾ, ਰਾਈਟ। ਹੁਣ ਦੇਖੋ ਗਾਵੀਏ ਨੂੰ ਆਪਾਂ ਲਓ ਡਿਸਕਸ਼ਨ, ਠੀਕ ਹੈ ਜੀ, ਤੇ ਡਿਸਕਸ਼ਨ ਵਾਸਤੇ ਕੋਈ ਸੋਰਸ ਹੈ, ਬਿਲਕੁਲ, ਉਹਨੂੰ ਨੌਲੇਜ ਕਿੱਥੋਂ ਆਈ, ਠੀਕ ਹੈ ਜੀ। ਜਿਹੜਾ ਸੁਣੀਏ ਇਹਨੂੰ ਆਪਾਂ ਕਹੋ ਇੰਸਟਾਲ ਹੋ ਰਿਹਾ, ਇੰਸਟਾਲੇਸ਼ਨ ਹੈ, ਠੀਕ ਹੈ ਨਾ। ਅਤੇ ਇਹਦਾ ਮਤਲਬ ਇੰਸਟਾਲ ਕਰਨ ਦਾ ਵੀ ਮੈਥਡ ਸਿੱਖਣਾ ਪਵੇਗਾ। ਹੁਣ ਇਸ ਨੂੰ ਕਿਵੇਂ ਕਵਰ ਕੀਤਾ, ਹੁਣ ਇੱਕ ਪਾਸੇ ਤਾਂ ਪਹਿਲਾਂ ਮੋਟਿਵ ਰੱਖ ਦਿੱਤਾ, ਦੁੱਖ ਪਰ ਹਰ ਸੁੱਖ ਕਰ ਲੈ ਜਾਏ, ਤੇਰੇ ਹਿਰਦੇ ਵਿੱਚ ਤੇਰੀ ਸੋਚ ਵਿੱਚ ਸੁਭਾਅ ਵਿੱਚ ਕੁਛ ਬੀਜ ਬੈਠੇ ਨੇ, ਅੱਜ ਨਹੀਂ ਕੱਲ, ਕੱਲ ਨਹੀਂ ਪਰਸੋਂ ਦੁੱਖ ਆਉਣਗੇ, ਉਹ ਬੀਜ ਤੇਰੀ ਜ਼ਿੰਦਗੀ 'ਚੋਂ ਨਿਕਲ ਸਕਦੇ ਨੇ, ਠੀਕ। ਤੇਰੇ ਹਿਰਦੇ ਵਿੱਚ ਤੇਰੀ ਸੋਚ ਸੁਭਾਅ ਵਿੱਚ ਸੁੱਖਾਂ ਦੇ ਬੀਜ ਆ ਸਕਦੇ ਨੇ, ਉਹਦਾ ਸੋਰਸ ਕੀ ਹੈ, ਅਗਲੀਆਂ ਪੰਕਤੀਆਂ ਨੇ, ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਿਆ ਸਮਾਏ। ਸਮਾਂ ਨਹੀਂ ਆ ਗਿਆ ਦਿੰਦਾ ਕਿ ਅਸੀਂ ਇਹਨਾਂ ਪੰਕਤੀਆਂ ਨੂੰ ਅਸੀਂ ਇਸ ਦੇ ਉੱਤੇ ਡਿਸਕਸ਼ਨ ਕਰ ਸਕੀਏ, ਇਸ ਨੂੰ ਅਗਲੇ ਹਫ਼ਤੇ ਤੁਹਾਡੇ ਤੋਂ ਜਾਣਕਾਰੀ ਲਵਾਂਗੇ। ਤੁਹਾਡਾ ਬਹੁਤ ਧੰਨਵਾਦ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਸ ਦੇ ਨਾਲ ਹੀ ਕਰਦੇ ਹਾਂ ਜੀ ਅੱਜ ਦੇ ਇਸ ਪ੍ਰੋਗਰਾਮ ਦੀ ਇੱਥੇ ਹੀ ਸਮਾਪਤੀ। ਜੋ ਅੱਜ ਅਸੀਂ ਟੋਪਿਕ ਜਿਸ ਉੱਤੇ ਅਸੀਂ ਗੱਲਬਾਤ ਕੀਤੀ ਹੈ, ਪੰਜਵੀਂ ਪੌੜੀ ਸ਼ੁਕਰਾਨੇ ਦਾ ਭਾਵ, ਇਹ ਜ਼ਰੂਰ ਵਧਣਾ ਚਾਹੀਦਾ। ਇਸ ਬਾਰੇ ਜਿਸ ਤਰ੍ਹਾਂ ਭਾਈ ਸਾਹਿਬ ਨੇ ਗੱਲ ਕੀਤੀ ਹੈ ਕਿ ਅਸੀਂ ਸਾਰੇ ਰਲ ਮਿਲ ਕੇ ਹਰ ਚੀਜ਼ ਦੇ ਉੱਤੇ ਜਦੋਂ ਵਾਹਿਗੁਰੂ ਨੂੰ ਯਾਦ ਕਰਾਂਗੇ ਤਾਂ ਸਾਡੇ ਮਨਾਂ ਦੇ ਵਿੱਚ ਉਹ ਭਾਵ ਜਿਹੜਾ ਵਧੇਗਾ ਅਤੇ ਹੌਲੀ ਹੌਲੀ ਇਹ ਸਟਰੋਂਗ ਹੋ ਕੇ ਅਸੀਂ ਹਮੇਸ਼ਾ ਹੀ ਉਸ ਵਾਹਿਗੁਰੂ ਨੂੰ ਯਾਦ ਵਿੱਚ ਰੱਖਾਂਗੇ, ਚਿੰਤਨ ਵਿੱਚ ਰੱਖਾਂਗੇ। ਸੋ ਸਾਰੇ ਯਤਨ ਕਰੀਏ, ਬਾਰ ਬਾਰ ਇਹ ਚੀਜ਼ਾਂ ਨੂੰ ਦੁਹਰਾਉਣ ਦਾ ਮਕਸਦ ਇਹੀ ਹੈਗਾ ਕਿ ਸਾਡੇ ਦਿਮਾਗ ਵਿੱਚ ਇਹ ਗੱਲ ਬੈਠ ਜਾਏ ਕਿ ਇਹੀ ਇੱਕ ਤਰੀਕਾ ਜਿਸ ਨਾਲ ਕਿ ਅਸੀਂ ਰੱਬ ਦੀ ਪ੍ਰਾਪਤੀ ਕਰ ਸਕਦੇ ਹਾਂ। ਸਮਾਂ ਕੱਢ ਕੇ ਪ੍ਰੋਗਰਾਮ ਦੇਖਣ ਲਈ ਧੰਨਵਾਦ। ਫੀਡਬੈਕ ਜ਼ਰੂਰ ਦੇਣਾ 604-603-7555 ਜਾਂ ਫਿਰ ਈਮੇਲ ਜ਼ਰੀਏ ਸੰਪਰਕ ਕਰ ਸਕਦੇ ਹੋ harpreetsingshow@gmail.com। ਭਾਈ ਸਾਹਿਬ ਨੂੰ ਇੱਕ ਵੈਬਸਾਈਟ ਚਲਾਈ ਜਾਂਦੀ ਹੈ sikhcommunity.net, ਉਹਦੇ ਉੱਤੇ ਗੁਰਮਤ ਬਾਰੇ ਹੋਰ ਵੀ ਬਹੁਤ ਸਾਰੀ ਜਾਣਕਾਰੀ ਹੈ, ਪਰ ਨਾਲ ਹੀ ਜਿਹੜੇ ਅਸੀਂ ਐਪੀਸੋਡਸ ਪਹਿਲਾਂ ਵੀ ਰਿਕਾਰਡ ਕੀਤੇ ਨੇ ਉਹ ਸਾਰੇ ਵੀ ਦੇਖ ਸਕਦੇ ਹੋ। ਉਸ ਤੋਂ ਇਲਾਵਾ youtube.com/harpreetsingshow 'ਤੇ ਜਾ ਕੇ ਹੋਰ ਵੀ ਜਾਣਕਾਰੀ ਤੁਸੀਂ ਪ੍ਰੋਗਰਾਮਸ ਦੀ ਲੈ ਸਕਦੇ ਹੋ ਅਤੇ ਇਹ ਪ੍ਰੋਗਰਾਮਸ ਦੁਬਾਰਾ ਦੇਖ ਵੀ ਸਕਦੇ ਹੋ। ਪ੍ਰੋਗਰਾਮ ਦੀ ਕਰਦਾ ਇੱਥੇ ਹੀ ਸਮਾਪਤੀ, ਫਿਰ ਮੁਲਾਕਾਤ ਕਰਾਂਗੇ, ਤਦ ਤੱਕ ਗੁੱਡ ਬਾਏ।